ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਦਾਅਵੇ ਤਾਂ ਕੀਤੇ ਜਾਂਦੇ ਨੇ, ਪਰ ਇਹ ਦਾਅਵੇ ਲੋਕਾਂ ਦੀਆਂ ਉਮੀਦਾਂ ਉੱਤੇ ਕਿੰਨਾ ਕੁ ਖਰਾ ਉਤਰਦੇ ਨੇ ਇਹ ਤਾਂ ਜਨਤਾ ਬਾਖੂਬੀ ਜਾਣਦੀ ਹੈ। ਪਰ ਸੜਕਾਂ ਉੱਤੇ ਦਿਹਾੜੀਆਂ ਅਤੇ ਮਜ਼ਦੂਰੀ ਕਰ ਰਹੇ ਬੱਚਿਆਂ ਨੂੰ ਮੁਫਤ ਵਿੱਦਿਆ ਦੇਣ ਦਾ ਬੀੜਾ ਚੁੱਕਿਆ ਹੈ। ਮਲੋੜ ਦੇ ਵਿੱਚ ਇੱਕ ਸਮਾਜਿਕ ਸੰਸਥਾ ਨੇ ਜਿਨ੍ਹਾਂ ਵੱਲੋਂ ਗਰੀਬ ਬੱਚਿਆਂ ਨੂੰ ਘਰਾਂ ਤੋਂ ਬੁਲਾ ਕੇ ਮੁਫਤ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਸੰਬੰਧੀ ਵੇਖ ਲੈਂਦਿਆਂ ਇੱਕ ਖਾਸ ਰਿਪੋਰਟ। ਸਿਆਣੇ ਕਹਿੰਦੇ ਨੇ ਸਭ ਤੋਂ ਵੱਡਾ ਦਾਨ ਵਿੱਦਿਆ ਦਾ ਹੁੰਦਾ ਹੈ, ਜੋ ਕਿ ਇਨਸਾਨ ਦੀ ਜ਼ਿੰਦਗੀ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ। ਸਾਡੇ ਸਮਾਜ ਵਿੱਚ ਬਹੁਤ ਸਾਰੇ ਅਜਿਹੇ ਗਰੀਬ ਬੱਚੇ ਵੀ ਹੁੰਦੇ ਨੇ ਜੋ ਕਿ ਆਪਣੇ ਪਰਿਵਾਰ ਦੀ ਮਾੜੀ ਆਰਥਿਕ ਹਾਲਤ ਕਾਰਨ ਵਿੱਦਿਆ ਤੋਂ ਵਾਂਝੇ ਰਹਿ ਜਾਂਦੇ ਨੇ। ਪਰ ਸ਼੍ਰੀ ਮੁਕਤਸਰ ਸਾਹਿਬ ਵਿੱਚ ਮਾਨਵ ਕਲਿਆਣ ਸਕੂਲ ਇੱਕ ਅਜਿਹਾ ਸਕੂਲ ਹੈ ਜਿਸ ਨੇ ਗੰਦਗੀ ਦੇ ਢੇਰ ਤੋਂ ਕਾਗਜ਼ ਚੁਗਣ ਵਾਲੇ ਬੱਚਿਆਂ ਦੇ ਹੱਥ ਵਿੱਚ ਕਲਮ ਅਤੇ ਕਾਪੀ ਫੜਾ ਕੇ ਬਹੁਤ ਹੀ ਪੁੰਨ ਦਾ ਕੰਮ ਕੀਤਾ ਹੈ ਅਤੇ ਸਮਾਜ ਨੂੰ ਸੇਧ ਦਿੱਤੀ ਹੈ। ਇਸ ਸਕੂਲ ਦੀ ਸ਼ੁਰੂਆਤ ਸਾਬਕਾ ਟੀਚਰ ਸੁਰਦਰਸ਼ਨ ਜੱਗਾ ਨੇ ਕੀਤੀ ਸੀ। ਇਸ ਮੌਕੇ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਇਹਨਾਂ ਝੁੰਗੀ ਝੌਂਪੜੀ ਵਾਲੇ ਬੱਚਿਆਂ ਨਾਲ ਗੱਲ ਕੀਤੀ ਤਾਂ ਇਹਨਾਂ ਨੇ ਕਿਹਾ ਕਿ ਅਸੀਂ ਪੜ੍ਹਨਾ ਤਾਂ ਚਾਹੁੰਦੇ ਹਾਂ ਪਰ ਸਾਨੂੰ ਕੋਈ ਪੜ੍ਹਾਉਣ ਲਈ ਤਿਆਰ ਨਹੀਂ ਹੈ। ਜਿਸ ਤੋਂ ਬਾਅਦ ਕਈ ਸਮਾਜ ਸੇਵੀ ਲੋਕਾਂ ਨਾਲ ਗੱਲਬਾਤ ਕਰਕੇ ਇਸ ਸਕੂਲ ਦੀ ਸ਼ੁਰੂਆਤ ਕੀਤੀ ਗਈ। ਜਿਹੜਾ ਇਹ ਉਪਰਾਲਾ ਹੈ, ਇਹ 2 ਸਾਲ ਤੋਂ ਅਸੀਂ ਇੱਥੇ ਸਕੂਲ ਚਲਾ ਰਹੇ ਹਾਂ। ਇਹਦੀ ਸ਼ੁਰੂਆਤ ਦਾ ਜਿਹੜਾ ਆਈਡੀਆ ਹੈ ਉਹ ਇਸ ਗੱਲ ਤੋਂ ਹੋਇਆ ਸੀ ਕਿ ਇੱਕ ਨਾਟਕ ਵਾਸਤੇ ਫੋਟੋ ਕਰਨੀ ਸੀ, ਉਹਦੇ ਕੂੜੇ ਦੇ ਢੇਰ 'ਤੇ ਜਿਹੜੇ ਬੱਚੇ ਗਏ ਸੀ ਉੱਥੇ ਅਸੀਂ ਦੇਖਿਆ ਬੱਚੇ ਕਾਗਜ਼ ਚੁੱਕਦੇ ਆ ਗੱਤੇ ਗੁੱਤੇ ਕੂੜੇ ਦੇ ਢੇਰਾਂ 'ਚੋਂ ਜਿਹੜਾ ਮਿਊਨਸਪੈਲਿਟੀ ਵਾਲੇ ਡੰਪ ਦੇ ਵਿੱਚ ਲਿਆ ਕੇ ਛੱਡਦੇ ਆ। ਤਾਂ ਉੱਥੋਂ ਫਿਰ ਉਹਨਾਂ ਨਾਲ ਬੱਚਿਆਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਦੀ ਪੜ੍ਹਨ ਦੀ ਉਮਰ ਤਾਂ ਵੀ ਰਾਈਟ ਟੂ ਐਜੂਕੇਸ਼ਨ ਦੇ ਤਹਿਤ ਉਹਨਾਂ ਨੂੰ ਪੜ੍ਹਨਾ ਚਾਹੀਦਾ ਸੀ, ਪਰ ਉਹ ਉਸ ਵੇਲੇ ਕੂੜੇ ਦੇ ਢੇਰ 'ਚੋਂ ਆਪਣੀ ਰੋਜ਼ੀ ਰੋਟੀ ਜਿਹੜੀ ਸੀ ਉਹ ਲੱਭ ਰਹੇ ਸੀ। ਉਹਨਾਂ ਨਾਲ ਗੱਲ ਕੀਤੀ ਵੀ ਉਹ ਪੜ੍ਹਨਾ, ਫਿਰ ਉਹਨਾਂ ਨਾਲ ਪੜ੍ਹਨ ਵਾਸਤੇ ਅਸੀਂ ਸਹੂਲਤਾਂ ਪੈਦਾ ਕੀਤੀਆਂ ਤਾਂ ਕਿ ਉਹ ਬੱਚੇ ਵੀ ਆਦਤ ਬਣੇ ਉਹਨਾਂ ਦੀ, ਬਜਾਏ ਵੀ ਮਾਵਾਂ ਦੀਆਂ ਉਂਗਲਾਂ ਨਾਲ ਫੜ ਕੇ ਅਤੇ ਉਹ ਗਲੀਆਂ ਦੇ ਵਿੱਚ ਕਾਗਜ਼ ਚੁੱਕਣ ਜਾਣ, ਤਾਂ ਉਹਦੀ ਬਜਾਏ ਫਿਰ ਉਹਨਾਂ ਨੂੰ ਸਕੂਲ ਵੱਲ ਨੂੰ ਪ੍ਰੇਰਿਤ ਕੀਤਾ। ਮੇਨਲੀ ਸਾਡੇ ਇਹਦੇ 'ਚ ਜਿਹੜੇ ਮੋਟੀਵੇਸ਼ਨ ਕਰਨ ਵਾਲੇ ਸਾਡੇ ਪ੍ਰੋਫੈਸਰ YP ਮੱਕੜ ਰਹੇ ਨੇ, ਫਿਰ ਮੇਰੇ ਨਾਲ ਕੁਝ ਸਕੂਲ ਟੀਚਰ ਦੇ ਵਿੱਚੋਂ ਜਿਵੇਂ ਹਰਵਿੰਦਰ ਸੀਚਾਈ ਨੇ, ਹਰੀਭਜਨ ਪ੍ਰਿਆ ਦਰਸ਼ੀ ਹੈ, ਰਿਸ਼ੀ ਹਿਰਦੇਪਾਲ ਹੈ। ਇਸ ਤੋਂ ਇਲਾਵਾ ਸਮਾਜ ਦੇ ਵਿੱਚ ਵੀ ਬਹੁਤ ਸਹਿਯੋਗ ਜਿਹੜਾ ਉਹ ਮਿਲਿਆ ਹੈ। ਅਸੀਂ ਫਿਰ ਜਿਹੜੇ ਆਪਣੇ ਵਲੰਟੀਅਰ 2 ਜਿਹੜੇ ਬਹੁਤ ਹੁਸ਼ਿਆਰ ਬੱਚੇ ਕਾਲਜ ਵਿੱਚ ਪੜ੍ਹਨਾ ਚਾਹੁੰਦੇ ਸੀ ਅਤੇ ਉਹਨਾਂ ਨੂੰ ਲਾਇਆ ਇਸ ਕੰਮ ਦੇ ਉੱਤੇ ਤਾਂ ਕਿ ਉਹਨਾਂ ਦੀ ਜਿਹੜਾ ਪੋਕਟ ਮਨੀ ਨਿਕਲੇ, ਜੇਬ ਖਰਚਾ ਕਾਲਜ ਦੇ ਵਿੱਚ ਉਹਨਾਂ ਦੀਆਂ ਫੀਸਾਂ ਨਿਕਲਣ, ਤਾਂ ਨਾਲ ਫਿਰ ਉਹ 2 ਬੱਚੇ ਜਿਹੜੇ ਆ ਉਹ ਵੀ ਅਸੀਂ ਜੋੜੇ ਹੋਏ ਆ ਤਾਂ ਕਿ ਉਹ ਵੀ ਸਾਡੇ ਨਾਲ ਮਦਦ ਜਿਹੜੀ ਉਹ ਕਰਦੇ। ਸ਼ੁਰੂ ਦੇ ਵਿੱਚ ਬੱਚਿਆਂ ਦੇ ਮਾਪੇ ਨਹੀਂ ਚਾਹੁੰਦੇ ਸੀ ਵੀ ਬੱਚਿਆਂ ਨੂੰ ਇਸ ਕੰਮ 'ਤੇ ਲਾਇਆ ਜਾਵੇ, ਕਿਉਂਕਿ ਹਰ ਇੱਕ ਮਾਂ ਬਾਪ ਨੂੰ ਇਸ ਗੱਲ ਦਾ ਤਾਂ ਹੈ ਨਾ ਵੀ ਪੜ੍ਹ ਲਿਖ ਕੇ ਤਾਂ ਬੱਚੇ ਕੁਛ ਕਰਦੇ ਕੋਈ ਨਹੀਂ ਗੇ, ਅਤੇ ਇਹਨਾਂ ਦੀਆਂ ਆਦਤਾਂ ਵਿਗੜ ਜਾਣਗੀਆਂ ਜੇ ਕੂੜੇ ਦੇ ਵਿੱਚੋਂ ਜਿਹੜਾ ਆਪਣੇ ਗੱਤਾ ਪਲਾਸਟਿਕ ਵਗੈਰਾ ਨਹੀਂ ਚੁੱਕਣਗੇ ਤਾਂ। ਪਰ ਹੌਲੀ ਹੌਲੀ ਮਤਲਬ ਕੁਛ ਖਾਣ ਪੀਣ ਦੀਆਂ ਚੀਜ਼ਾਂ ਲਿਜਾ ਕੇ ਜਾਂ ਕੋਈ ਹੋਰ ਕਰਕੇ, ਤਾਂ ਜਦੋਂ ਬੱਚਿਆਂ ਨੂੰ ਰੈਗੂਲਰਲੀ ਉਹਨਾਂ ਦੀ ਇੱਕ ਬਣ ਗਈ ਆਦਤ ਬਣ ਗਈ ਇਸ ਗੱਲ ਦੀ ਕਿ ਉਹ ਸਕੂਲ ਲਿਆਉਣ ਲੱਗ ਪਏ, ਫਿਰ ਇਹ ਬੱਚਿਆਂ ਨੇ ਨਹਾਉਣਾ ਅਤੇ ਬਿਨਾਂ ਨਹਾਤੇ ਹੁੰਦੇ ਸੀ ਉਹਨਾਂ ਦੇ, ਅਤੇ ਫਿਰ ਸਾਬਣ ਤੇਲ ਦੇ ਕੇ ਉਹਨਾਂ ਨੂੰ ਬਰੱਸ਼ ਵਗੈਰਾ ਦੇ ਕੇ ਡਾਕਟਰ ਨੂੰ ਸੱਦ ਕੇ ਤਾਂ ਉਹਨਾਂ ਨੂੰ ਦੱਸਿਆ ਵੀ ਚੰਗੀਆਂ ਸਿਹਤ ਦੀਆਂ ਆਦਤਾਂ ਜਿਹੜੀਆਂ ਨੇ ਉਹ ਕਿਵੇਂ ਡਿਵੈਲਪ ਕਰਨੀਆਂ। ਉਹ ਫਿਰ ਇੱਕ ਵਾਰੀ ਜਦੋਂ ਬੱਚੇ ਸ਼ੁਰੂ ਹੋ ਗਏ ਤਾਂ ਫਿਰ ਉਹਨਾਂ ਦੀ ਜਦੋਂ ਪੜ੍ਹਨ ਦੀ ਆਦਤ ਬਣ ਗਈ ਤਾਂ ਫਿਰ ਅਸੀਂ ਉਹਨਾਂ ਨੂੰ ਪਿਛਲੇ ਸਾਲ ਲਗਭਗ 35 ਬੱਚਿਆਂ ਨੂੰ ਸਰਕਾਰੀ ਸਕੂਲ 'ਚ ਦਾਖਲ ਕਰਾਇਆ। ਉਹਦੇ ਵਾਸਤੇ ਜੇ ਫੋਟੋ ਚਾਹੀਦੀ ਸੀ, ਆਧਾਰ ਕਾਰਡ ਚਾਹੀਦਾ ਜਾਂ ਸਵੈ ਘੋਸ਼ਣਾ ਪੱਤਰ, ਜੋ ਵੀ ਸਕੂਲ ਦੀ ਰਿਕੁਆਇਰਮੈਂਟ ਸਰਕਾਰੀ ਸਕੂਲ ਦੇ ਵਿੱਚ ਦਾਖਲ ਹੋਣ ਵਾਸਤੇ ਚਾਹੀਦੀ ਸੀ, ਤਾਂ ਉਹ ਅਸੀਂ ਪੂਰੀ ਕੀਤੀ। ਔਰ ਹੁਣ ਸਾਡੇ ਕੋਲ ਲਗਾਤਾਰ ਬੱਚੇ ਆਪਣੀ ਇੱਛਾ ਨਾਲ ਆਉਂਦੇ, ਆਪਣੇ ਛੋਟੇ ਭੈਣ ਭਰਾਵਾਂ ਨੂੰ ਵੀ ਨਾਲ ਲਿਆਉਂਦੇ ਆ, ਤਾਂ ਐਤਕੀ ਅਸੀਂ 17 ਬੱਚਿਆਂ ਨੂੰ ਰੈਗੂਲਰਲੀ ਉੱਥੇ ਦਾਖਲ ਕਰਵਾਇਆ ਹੈਗਾ। ਇਹਨਾਂ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਨੌਜਵਾਨਾਂ ਨੇ ਕਿਹਾ ਹੈ ਕਿ ਉਹ ਆਪ ਵੀ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਦੇ ਨੇ ਅਤੇ ਆਪਣੀ ਪੜ੍ਹਾਈ ਵੀ ਨਾਲ ਦੀ ਨਾਲ ਕਰ ਰਹੇ ਨੇ ਅਤੇ ਇਹਨਾਂ ਬੱਚਿਆਂ ਨੂੰ ਸ਼ਾਮ ਦੇ ਸਮੇਂ ਪੜ੍ਹਾਉਣ ਦੇ ਲਈ ਘਰਾਂ ਤੋਂ ਬੁਲਾ ਕੇ ਲਿਆਇਆ ਜਾਂਦਾ ਹੈ। ਸਭ ਤੋਂ ਵੱਡੀ ਗੱਲ ਇੱਥੇ ਇਹ ਵੀ ਹੈ ਕਿ ਇਹਨਾਂ ਅਧਿਆਪਕਾਂ ਦੇ ਪੜ੍ਹਾਈ ਵਿਦਿਆਰਥੀਆਂ ਦੇ ਇਮਤਿਹਾਨਾਂ ਦਾ ਨਤੀਜਾ ਵੀ ਬਹੁਤ ਵਧੀਆ ਰਿਹਾ ਹੈ। ਜਦੋਂ ਇਹ ਮਾਨਵ ਕਲਿਆਣ ਸਕੂਲ ਸਟਾਰਟ ਕੀਤਾ ਗਿਆ ਸੀ ਤੇ ਉਹਦੇ ਵਿੱਚ ਅਸੀਂ ਦੇਖਦੇ ਸੀ ਕਿ ਬੱਚਿਆਂ ਨੂੰ ਬਿਲਕੁਲ ਮਤਲਬ ਬੈਠਣ ਤੀਕਰ ਦਾ ਵੀ ਨਹੀਂ ਸੀਗਾ ਉਹਨਾਂ ਨੂੰ, ਅਤੇ ਜਿਵੇਂ ਅਸੀਂ ਹੌਲੀ ਹੌਲੀ ਸਟਾਰਟ ਕੀਤਾ ਜੱਗਾ ਸਰ ਦੀ ਸਹਾਇਤਾ ਨਾਲ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੀ ਸਹਾਇਤਾ ਨਾਲ, ਤਾਂ ਅਸੀਂ ਇੱਕ ਵਧੀਆ ਸਟਾਰਟਅਪ ਕੀਤਾ। ਇੱਥੇ ਬਹੁਤ ਸਾਰੇ ਟੀਚਰ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਇਸ ਨੂੰ ਚਲਾਉਣ ਦੇ ਵਿੱਚ, ਅਤੇ ਮੈਂ DAV ਕਾਲਜ ਦੇ ਵਿੱਚ ਪੋਲੀਟੀਕਲ ਸਾਇੰਸ ਦਾ ਵਿਦਿਆਰਥੀ ਅਤੇ MA ਪੋਲੀਟੀਕਲ ਸਾਇੰਸ ਕਰ ਰਿਹਾ, ਅਤੇ ਇੱਥੇ ਆਉਣ ਦਾ ਮੇਨ ਮਕਸਦ ਇਹ ਹੈ ਕਿ ਅਸੀਂ ਸਮਾਜ ਲਈ ਕੁਝ ਚੇਂਜ ਕਰੀਏ।
ਤਾਂ ਅਸੀਂ ਸੋਸ਼ਲ ਰੈਵੋਲਿਊਸ਼ਨ ਦੀ ਗੱਲ ਕਰਦੇ ਹਾਂ ਤਾਂ ਉਹ ਸਟਾਰਟ ਅਸੀਂ ਇੱਥੋਂ ਹੀ ਕਰਾਂਗੇ ਅਤੇ ਇਹਦੇ ਨਾਲ ਨਾਲ ਸਾਡਾ ਕਿ ਅਸੀਂ ਇਸ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਕਰ ਸਕੀਏ। ਇਸ ਮੌਕੇ ਬੱਚਿਆਂ ਦੇ ਮਾਤਾ ਪਿਤਾ ਨੇ ਦੱਸਿਆ ਕਿ ਪਹਿਲਾਂ ਉਹਨਾਂ ਦੇ ਬੱਚੇ ਉਹਨਾਂ ਦੇ ਨਾਲ ਕਾਗਜ਼ ਅਤੇ ਕਬਾੜ ਚੁਗਣ ਦਾ ਕੰਮ ਕਰਦੇ ਸੀ, ਪਰ ਹੁਣ ਇਸ ਸੰਸਥਾ ਕਾਰਨ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਨਸੀਬ ਹੋਈ ਹੈ। ਲੈ ਕੇ ਜਾਂਦਿਆਂ ਨੂੰ ਅਤੇ ਉੱਥੇ ਜਾ ਕੇ ਸਕੂਲੇ ਵਧੀਆ ਪੜ੍ਹਾਉਂਦੇ ਅਤੇ ਘਰੋਂ ਸੱਦ ਸੱਦ ਕੇ ਲੈ ਜਾ, ਉੱਥੇ ਵੱਡੀਆ ਸਾਡੀ ਹੈਗੀ ਜਵਾਕ ਉੱਥੇ ਵਧੀਆ ਪੜ੍ਹਦੇ। ਪਹਿਲਾਂ ਕਾਗਜ਼ ਕੋਈ ਦੇਸ਼ ਸੀ, ਹੁਣ ਨਹੀਂ ਚੁਗਦੇ ਕੋਈ ਵੀ, ਹੁਣ ਸਕੂਲੇ ਜਾਂਦੇ ਅਤੇ ਵਧੀਆ ਹੱਥ ਵਧੀਆ ਰਹਿੰਦੇ। ਹੁਣ ਸਾਡੇ ਜਵਾਕ ਬਹੁਤ ਵਧੀਆ ਹੈ ਜੀ, ਚੈਵੇਂ ਆਖਦੇ ਜੀ ਸਰ, ਜਿਹੜੇ ਸਰ ਹੈਗੇ ਬਹੁਤ ਚੰਗੇ ਹੈਗੇ ਸਰ ਜੀ, ਸਾਨੂੰ ਘਰਾਂ 'ਚੋਂ ਲੈ ਜਾ ਕੇ ਚੰਗੀ ਦਿੰਦੇ, ਉੱਥੇ ਜਾ ਕੇ ਸਾਰਾ ਕੁਛ ਬਿਸਕੁਟ ਵਗੈਰਾ ਸਾਰਾ ਕੁਛ ਦਿੰਦੇ, ਇਹਨਾਂ ਨੂੰ ਵਧੀਆ ਰੱਖਦੇ ਜਵਾਕਾਂ ਨੂੰ। ਜੇਕਰ ਸਿੱਖਿਆ ਦੇ ਖੇਤਰ ਵਿੱਚ ਪੁੰਨ ਕਮਾਇਆ ਜਾਵੇ ਤਾਂ ਇਸ ਤੋਂ ਵੱਡਾ ਕੋਈ ਵੀ ਪੁੰਨ ਨਹੀਂ ਮੰਨਿਆ ਜਾਂਦਾ। ਇਸੇ ਤਰ੍ਹਾਂ ਦਾ ਉਪਰਾਲਾ ਕਰ ਰਿਹਾ ਹੈਗਾ ਮਾਨਵ ਕਲਿਆਣ ਸਕੂਲ, ਜਿੱਥੇ ਇੱਕ ਗਰੀਬ ਬੱਚਿਆਂ ਨੂੰ ਹੇਠਲੇ ਲੈਵਲ ਤੋਂ ਲੈ ਕੇ ਘਰੋਂ ਘਰ ਲਿਜਾ ਕੇ ਪੜ੍ਹਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾ ਨੂੰ ਵੀ ਇਸ ਅਜਿਹੇ ਉਪਰਾਲੇ ਕਰਨ ਦੀ ਜ਼ਰੂਰਤ ਹੈ।